ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰੇ ਵੀਰਾਂ ਦੇ ਸਭ ਤੋਂ ਪਹਿਲਾਂ ਤਾਂ ਚੈਨਲ ਦਾ WhatsApp ਨੰਬਰ ਕਰੋ ਜੀ ਨੋਟਸ ਸਕਰੀਨ ਤੇ ਵੀ ਜੇ ਕਿਸੇ ਵੀ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਵੇਚਣ ਵਾਸਤੇ ਤਾਂ ਵੀਰੇ ਜਿਹੜਾ ਨੰਬਰ ਆਪਣਾ ਸਕਰੀਨ ਤੇ ਹੈ ਜੀ ਇਸ ਨੰਬਰ ਤੇ 5 ਤੋਂ 7 ਫੋਟੋਆਂ ਜੀ 2-3 ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ ਨੰਬਰ ਤੇ ਭੇਜ ਦਿਆ ਕਰੋ ਐਡ ਤੁਹਾਡੀ ਲੱਗ ਜੂਗੀ ਇੱਕ ਬੇਨਤੀ ਹੈ ਵੀਰੇ ਜਦੋਂ ਕੋਈ ਵੀ ਗੱਡੀ ਮਿਸ਼ਨਰੀ ਆਪਣੇ ਕੋਲੇ ਭੇਜਦੇ ਹੋ ਜਿਹੜਾ ਉਹਦਾ ਰੇਟ ਆਉ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਅੱਜ ਆਪਾਂ ਕਰਦੇ ਹਾਂ ਜੀ ਗੱਡੀਆਂ ਦੀ ਗੱਲ ਆਪਣੇ ਕੋਲੇ ਸਭ ਤੋਂ ਪਹਿਲੀ ਗੱਡੀ Alto LX ਪਹੁੰਚੀ ਹੈ ਜੀ 2007 ਮਾਡਲ 1 ਲੱਖ ਦੀ ਡਿਮਾਂਡ 'ਚ ਹੈ ਜੀ ਤੇ ਤਰਨ ਤਰਨ ਗੱਡੀ ਖੜੀ ਹੈ ਨਵੇਂ ਟਾਇਰਾਂ 'ਚ ਹੈ ਵਧੀਆ ਕੰਡੀਸ਼ਨ ਦੀ ਸਾਬਕਾ ਗੱਡੀ ਹੈ ਥੀ ਤੇ ਕਾਗਜ਼ ਪੱਤਰ ਹੈਗੇ ਜੀ AC ਹੀਟਰ ਚੱਲਦਾ ਹੈ ਨੋ ਐਕਸੀਡੈਂਟ ਹੈ ਬਾਕੀ ਹਲਕੇ ਜਿਹੇ ਸਕ੍ਰੈਚ ਤੁਹਾਨੂੰ ਮਿਲ ਸਕਦੇ ਨਵੇਂ ਟਾਇਰਾਂ 'ਚ ਗੱਡੀ ਹੈ ਕੋਈ ਦਿੱਕਤ ਨਹੀਂ 1 ਰੁਪਿਆ ਉੱਤੇ ਲਾਉਣ ਦੀ ਲੋੜ ਨਹੀਂ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 99151 92296 ਤੇ ਨਸ਼ਟ ਆਪਣੇ ਕੋਲੇ ਦੂਸਰੀ ਗੱਡੀ ਪਹੁੰਚੀ ਹੈ ਜੀ ਐਲਟੋ ਐਲਐਕਐਸਈ ਰੈਡ ਕਲਰ ਚ ਗੱਡੀ ਹੈ ਬ੍ਰਿੰਗ 2008 ਮਾਡਲ ਗੱਡੀ ਹੈ ਜੀ ਤੇ ਮਲੇਰਕੋਟਲੇ ਤੋਂ ਆਪਣੇ ਕੋਲੇ ਗੱਡੀ ਆ ਪਹੁੰਚੀ ਹੈ ਜੀ 1 ਲੱਖ 35 ਹਜ਼ਾਰ ਡਿਮਾਂਡ ਹੈ ਤੇ ਨਵੇਂ ਟੈਰਾ ਚ ਐਂਪ ਬੂਫਰ ਲੱਗਿਆ ਹੋਇਆ ਜੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਬੇਸ ਪੂਰੀ ਪੈਂਦੀ ਹੈ ਜੀ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਇੰਜਨ ਗੇਅਰ ਵਧੀਆ ਜੀ ਸਾਇਲੈਂਟ ਇੰਜਨ ਗੇਰ ਹੈ ओरिजिनल ਚਾਬੀਆਂ ਨਾਲ ਨੇ 135 ਡਿਮਾਂਡ ਦੇ ਕਾਗਜ਼ ਪੱਤਰ ਹੈਗੇ ਜੀ ਬਾਕੀ ਮਾਲਕ ਵੀ ਨੂੰ ਪਾਸਿੰਗ ਤੁਸੀਂ ਪੁੱਛ ਲਿਓ ਹੈਗੀ ਆ ਜਾਂ ਨਹੀਂ ਜੀ ਬਾਕੀ ਮਲੇਰਕੋਟਲੇ ਖੜੀ ਹੈ ਗੱਡੀ ਮਲੇਰਕੋਟਲੇ ਜਾ ਕੇ ਤੁਸੀਂ ਦੇਖ ਸਕਦੋਂ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ 88724 013 02 ਫੋਨ ਕਰ ਲਿਓ ਇਹਨਾਂ ਨੂੰ ਇਸ ਨੰਬਰ ਤੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਲੈ ਸਕਦੋਂ ਜਾ ਕੇ ਦੇਖ ਕੇ ਚੈੱਕ ਕਰਕੇ ਗੱਡੀ ਨੂੰ ਖਰੀਦ ਸਕਦੋਂ ਜੀ ਤੇ ਨਸਟ ਆਪਣੇ ਕੋਲੇ ਗੱਡੀ ਪਹੁੰਚੀ ਵੀਰੇ 스위프트 ਪੈਟਰੋਲ ਤੇ ਗੱਡੀ ਹੈ ਜੀ ਤੇ ਸੀਐਨਜੀ ਤੇ ਵੀ ਗੱਡੀ ਹੈ ਜੀ 2009 ਮਾਡਲ ਗੱਡੀ ਹੈ ਵੀਰੇ 180 ਡਿਮਾਂਡ ਹੈ ਜੀ ਲੁਧਿਆਣਾ ਹੀ ਖੜੀ ਹੈ ਗੱਡੀ ਤੇ ਫਰੰਟ ਵਿੰਡੋ ਪਾਵਰ ਨੇਟ ਸੀ ਤੇ ਪਾਵਰ ਸਟੀਰਿੰਗ ਹੈ ਵਧੀਆ ਕੰਡੀਸ਼ਨ ਦੀ ਸਟਾਪ ਗੱਡੀ ਹੈ ਜੀ ਬਾਕੀ ਹਲਕੇ ਜਿਹੇ ਸਕ੍ਰੈਚ ਤੁਹਾਨੂੰ ਮਿਲ ਸਕਦੇ ਬਾਕੀ ਗੱਡੀ ਚ ਕੋਈ ਪ੍ਰੋਬਲਮ ਨਹੀਂ 80 85 ਪੈਸੇ ਟਾਇਰ ਨਹੀਂ ਤੇ ਬਾਕੀ ਗੱਡੀ ਤੁਹਾਡੇ ਸਾਹਮਣੇ ਹੈ ਵੀਡੀਓ ਚੱਲ ਰਹੀ ਹੈ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਅੰਦਰੋਂ ਬਾਹਰੋਂ ਸਾਰੇ ਕਿਤੋਂ ਮਾਲਕ ਨੇ ਦਿਖਾਈ ਏ ਜੀ ਗੱਡੀ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਮਾਲਕ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੋਂ ਨੋ ਮਾਡਲ ਗੱਡੀ ਐ 180 ਡਿਮਾਂਡ ਐ ਏਸੀ ਹੀਟਰ ਵਧੀਆ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ 98899 81403 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਤੇ ਜਾ ਕੇ ਦੇਖ ਕੇ ਤੇ ਡੀਲ ਕਰ ਸਕਦੋਂ ਜੀ ਤੇ ਨਸ਼ਟ ਆਪਣੇ ਕੋਲੇ ਗੱਡੀ ਪਹੁੰਚੀ ਵੀਰੇ ਐਂਡੀਕੋ 2000 11 ਮਾਡਲ ਗੱਡੀ ਐ ਜੀ 11 ਮਾਡਲ ਗੱਡੀ ਐ ਕੰਡੀਸ਼ਨ ਦੀ ਪੂਰੀ ਵਧੀਆ ਜੀ ਤੇ 1 ਲੱਖ ਡਿਮਾਂਡ ਐ ਜੀ 1 ਲੱਖ ਡਿਮਾਂਡ ਐ ਤੇ ਪਟਿਆਲੇ ਤੋਂ ਆਪਣੇ ਕੋਲੇ ਗੱਡੀ ਆ ਪਹੁੰਚੀ ਐ ਜੀ ਨਵੇਂ ਟੈਣਾ ਚ ਰੰਗ ਪੈਂਡ ਵਧੀਆ ਗੱਡੀ ਦਾ ਘਰ ਦੀ ਗੱਡੀ ਐ ਜੀ ਘਰੇ ਵਰਤੀ ਐ ਜਿੰਨੀ ਚੱਲੀ ਐ ਘਰ ਲਈ ਚੱਲੀ ਐ ਜੀ ਬਾਕੀ ਹਲਕੇ ਜੇ ਬੰਪਰਾਂ ਤੇ ਸਕ੍ਰੈਚ ਤੋਂ ਨੂੰ ਮਿਲ ਸਕਦੇ ਜੀ ਬਾਕੀ ਟਾਇਰ ਠੀਕ ਨੇ ਅੰਦਰੋਂ ਵੀ ਠੀਕ ਪਈ ਐ ਗੱਡੀ ਏਸੀ ਹੀਟਰ ਚੱਲਦਾ ਜੀ ਮਿਊਜ਼ਿਕ ਸਿਸਟਮ ਵਧੀਆ ਸੀਟ ਕਵਰ ਵਧੀਆ ਨਹੀਂ ਕੋਈ ਦਿੱਕਤ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਐਤੀ ਤੇ 1 ਲੱਖ ਡਿਮਾਂਡ ਹੈ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ 84270 15741 ਇਹਨਾਂ ਨੂੰ ਫੋਨ ਕਰਕੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਤੇ ਨਸਟ ਆਪਣੇ ਕੋਲੇ ਸਫਾਰੀ ਗੱਡੀ ਪਹੁੰਚੀ ਵੀਰੇ 2007 ਮਾਡਲ ਜੀ ਤੇ ਦੂਜੇ ਨਾਮ ਗੱਡੀ ਐਤੀ ਤੇ ਮੁੱਲਨਪੁਰ ਦਾਖਾ ਮਾਲਕਬੀਰ ਦਾ ਏਰੀਆ ਚ 1.5 ਲੱਖ ਡਿਮਾਂਡ ਰੱਖਿਓ ਮਾਲਕ ਨੇ ਤੇ 70 75 ਪੈਸੇ ਢਾਰਾਂ ਦੀ ਕੰਡੀਸ਼ਨ ਹੈ ਸੀਟ ਕਵਰ ਵਧੀਆ ਨਹੀਂ ਰੰਗ ਪੈੜ ਵਧੀਆ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਤੁਸੀਂ ਦੇਖ ਰਹੂ ਵਧੀਆ ਮਿਊਜ਼ਿਕ ਸਿਸਟਮ ਹੈ AC ਹੀਟਰ ਵਧੀਆ ਜੀ ਸੀਟ ਕਵਰ ਵਧੀਆ ਨਹੀਂ ਤੇ ਚਲਾਉਣ ਚ ਕੋਈ ਦਿੱਕਤ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਬਲੈਕ ਕਲਰ ਚ ਗੱਡੀ ਹੈ ਸਟਿੱਪਣੀ ਨਾਲ ਹੈ ਜੀ ਅਲਾਈ ਲੱਗੇ ਨੇ 1.5 ਲੱਖ ਡਿਮਾਂਡ ਤੇ ਮਾਲਕ ਦਾ ਨੰਬਰ ਸਕਰੀਨ ਤੇ ਅਜੀ ਨੋਟ ਕਰ ਲਓ ਨੰਬਰ ਹੈ 85590 60173 ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਇਹ ਜਾ ਕੇ ਦੇਖ ਕੇ ડીਲ ਕਰ ਸਕਦੇ ਹੋ ਜੀ ਤੇ ਜਿੰਨੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੀ ਇਸੇ ਤਰ੍ਹਾਂ ਦੀ ਆਪਣੇ ਚੈਨਲ ਤੇ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰ ਦਿਓ ਜੀ ਤਾਂ ਮੇਰੇ ਥੱਲੇ ਇੱਕ ਰੈਡ ਕਲਰ ਦਾ ਬਟਨ ਹੋਗਾ ਜੀ ਤੇ ਸਬਸਕ੍ਰਾਈਬ ਲਿਖਿਆ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਪਾਈਏ ਤਾਂ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਉਮੀਦ ਕਰਦਾ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਬਾਕੀ ਮੇਰੇ ਵੱਲੋਂ ਮੈਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਜੀ ਤੇ ਇੱਕ ਵਾਰੀ ਫਿਰ ਤੋਂ ਕਹਿੰਨੇ ਜੀ ਸਾਰੇ ਵੀਰਾਂ ਨੂੰ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਛ ਵੀ ਭੇਜ ਦਿਓ ਜਿਹੜਾ ਉਹਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜਿਆਦਾ ਰੇਟ ਲਾ ਕੇ ਨਾ ਭੇਜਿਆ ਕਰੋ ਜੀ ਉਸ ਚੀ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਅੱਗੇ ਆਪਾਂ ਹੁਣ ਕਰਦਾ ਜੀ ਗੱਡੀਆਂ ਦੀ ਗੱਲ ਆਪਣੇ ਕੋਲੇ ਗੱਡੀ ਪਹੁੰਚੇ ਜੀ ਵਰਨਾ ਹੁੰਡਾਈ ਵਰਨਾ ਗੱਡੀਆਂ ਜੀ ਅੱਠ ਮਾਡਲ ਹੈ ਤੇ ਮਾਨਸਾ ਏਰੀਆ ਚ ਗੱਡੀ ਖੜੀ ਹੈ ਜੀ ਨਵੇਂ ਟੈਰਾ ਚ ਮਾਲਸਾ ਖੜੀ ਆ 175 ਡਿਮਾਂਡ ਹੈ ਗੱਡੀ ਵਧੀਆ ਜੀ ਕੋਈ ਦਿੱਕਤ ਨਹੀਂ ਬਾਕੀ ਤੁਹਾਡੇ ਸਾਹਮਣੇ ਹੈ ਜੀ ਇੰਜਨ ਗੇਅਰ ਵਧੀਆ ਬਾਡੀ ਲੈਨ ਵੀ ਠੀਕ ਹੈ ਤੇ ਹਲਕੇ ਜਿਹੇ ਸਕਰੈਚ ਤੁਹਾਨੂੰ ਜਰੂਰ ਮਿਲਣਗੇ ਸੀ ਬਾਕੀ ਕਿਸੇ ਪਾਸੇ ਕੋਈ ਦਿੱਕਤ ਨਹੀਂ 175 ਡਿਮਾਂਡ ਹੈ ਇੰਜਨ ਗੇਅਰ ਵਧੀਆ ਅੰਦਰੋਂ ਸਾਫ ਹੈ ਇਹ ਗੱਡੀ 8 ਮਾਡਲ ਹੈ 175 ਡਿਮਾਂਡ ਹੈ ਮਾਲਸਾ ਖੜੀ ਹੈ ਗੱਡੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ 95019 25396 ਫੋਨ ਕਰਕੇ ਵੀਰੇ ਤੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਤੇ ਨਸ਼ਟ ਆਪਣੇ ਕੋਲੇ ਮਰੂਤੀ ਸੁਜ਼ੂਕੀ ਐਸ ਫੋਰਗੇਟੀ ਪਹੁੰਚੀ ਹੈ ਜੀ 2010 ਮਾਡਲ 255 ਡਿਮਾਂਡ ਹੈ ਜੀ ਤੇ ਅੰਮ੍ਰਿਤਸਰ ਤੋਂ ਆਪਣੇ ਕੋਲੇ ਗੱਡੀ ਆ ਪਹੁੰਚੀ ਹੈ ਜੀ 80 70% ਟਾਇਰ ਨਹੀਂ ਰੰਗ ਪੈਂਟ ਜੇਨੂਨ ਹੈ ਜੀ ਕੋਈ ਰੰਗ ਪੈਂਟ ਨਹੀਂ ਹੋਈ ਨਾ ਕੋਈ ਟੱਚਿੰਗ ਹੋਈ ਹੈ ਕਿਸੇ ਪਾਸੇ ਕੋਈ ਦਿੱਕਤ ਨਹੀਂ ਪੂਰੀ ਸਾਫ਼ ਗੱਡੀ ਹੈ ਜੀ ਘਰ ਲਈ ਵਰਤੀ ਹੋਈ ਹੈ ਘਰੇ ਖੜੀ ਹੈ ਗੱਡੀ 255 ਡਿਮਾਂਡ ਹੈ ਅੰਮ੍ਰਿਤਸਰ ਖੜੀ ਹੈ ਸੀਡ ਕਵਰ ਵਧੀਆ ਨੇ ਏਸੀ ਹੀਟਰ ਚੱਲਦਾ ਮਿਊਜ਼ਿਕ ਸਿਸਟਮ ਵਧੀਆ ਜੀ 255 ਡਿਮਾਂਡ ਆ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ ਨੋਟ ਕਰ ਲਓ ਨੰਬਰ ਆ ਜੀ 86990 76862 ਇਹਨਾਂ ਨੂੰ ਫੋਨ ਕਰਕੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਤੇ ਨਸਟ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ ਮਰੂਤੀ 800 1997 ਮਾਡਲ ਗੱਡੀ ਆ ਜੀ 32000 ਦੀ ਡਿਮਾਂਡ ਚ ਤੇ ਹੁਸ਼ਿਆਰ ਪਰ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ 80 85 ਪੈਸੇ ਟਾਇਰ ਨੇ ਗੱਡੀ ਚ ਕੋਈ ਦਿੱਕਤ ਨਹੀਂ ਰੰਗ ਪੰਡ ਜੈਨੂ ਮਨਾ ਜੀ ਗੱਡੀ ਪੂਰੀ ਸਾਫ ਪਈ ਐ ਕੋਈ ਕਿਸੇ ਪਾਸੋਂ ਲੱਗੀ ਨਹੀਂ ਨਾ ਕੋਈ ਡੈਮੇਜ ਐ 80 85% ਟਾਇਰ ਨਹੀਂ ਤੇ 32000 ਡਿਮਾਂਡ ਐ ਜੀ ਸੀਟ ਕਵਰ ਵਧੀਆ ਨਹੀਂ ਘਰ ਲਈ ਵਰਤੀ ਹੋਈ ਐ ਘਰੇ ਹੀ ਖੜੀ ਐ ਜੀ ਤੇ ਸੰਭਾਈ ਦੇ ਵਿੱਚ ਆ ਗੱਡੀ ਰਹੀ ਐ ਜੀ ਸ਼ੌਂਕਿਆ ਰੱਖੀ ਹੋਈ ਐ ਮਾਲਕ ਨੇ ਬਾਕੀ ਕੰਡੀਸ਼ਨ ਆਪ ਹੀ ਗੱਡੀ ਦੀ ਦੱਸ ਰਹੀ ਐ ਆਪ ਜੀ ਬਾਕੀ ਅੰਦਰੋਂ ਵਧੀਆ ਪਈ ਐ ਬਾਹਰੋਂ ਠੀਕ ਪਈ ਐ ਇੰਜਨ ਗੇਅਰ ਵਧੀਆ ਐ ਤੇ ਕੋਈ ਕਿਸੇ ਪਾਸੋਂ ਲੱਗੇ ਨਹੀਂ ਨਾ ਕੋਈ ਡੈਮੇਜ ਐ ਬਾਕੀ ਹਲਕੇ ਜਿਹੇ ਸਕ੍ਰੈਚ ਤਾਂ ਤੁਹਾਨੂੰ ਜਰੂਰ ਮਿਲਣਗੇ ਕਿਉਂਕਿ ਗੱਡੀ ਬਹੁਤ ਪੁਰਾਣੀ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ 32 ਹੱਡ ਮੜ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰੋ 94637 11975 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰ ਸਕਦੇ ਹਾਂ ਤੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਬਾਕੀ ਅੱਜ ਲਈ ਇਹਨੇ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਕਿਸੇ ਵੀ ਨ ਐਡ ਕਰਾਉਣੀ ਹੋਵੇ ਕੋਠੀ ਦੀ ਮਕਾਨ ਦੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਤਾਂ ਜਿਹੜਾ ਨੰਬਰ ਆਪਣਾ ਸਕਰੀਨ ਤੇ ਉੱਤੇ ਚੱਲ ਰਿਹਾ ਜੀ 78140 38744 ਉੱਪਰ ਵੀ ਲਿਖਿਆ ਰਿਹਾ ਜੀ ਟਰੈਕਟਰ ਮੰਡੀ ਨੰਬਰ ਜੀ ਤੇ ਉਸ ਨੰਬਰ ਤੇ ਫੋਟੋਆਂ ਜਾਣਕਾਰੀ ਸਾਰਾ ਕੁਝ ਭੇਜ ਕੇ ਆਡ ਤੁਸੀਂ ਕਰਵਾ ਸਕਦਾ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬਾਕੀ ਮਿਲਦੇ ਹਾਂ ਜੀ ਜਲਦੀ ਇਸ ਤਰ੍ਹਾਂ ਦੀ ਇੱਕ ਨਾਮੀ ਵੀਡੀਓ ਨਵੀਂ ਕੋਠੀ ਮਕਾਨ ਗੱਡੀਆਂ ਦੇ ਨਾਲ ਜੀ ਤੇ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਖੁਸ਼ ਰਹੋ ਜੀ ਆਪਣੇ ਪਰਵਾਹਤ ਰਹੋ ਤੇ ਮਿਲਦੇ ਹਾਂ